ਸਤਿਨਾਮ ਜੀ, ਡੰਡੌਤ ਬੰਦਨਾ ਸਾਰਿਆਂ ਨੂੰ, ਸਦਾ ਸੁਖੀ ਰਹੋ। ਅਸੀਂ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਣੀ ਪੜ੍ਹਦੇ ਹਾਂ ਅਤੇ ਕਹਿ ਦਿੰਦੇ ਹਾਂ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਝ ਰਾਖੇਗਾ ਸਿਰਜਣਹਾਰ। ਬਾਣੀ ਸਤ ਕਹਿ ਰਹੀ ਹੈ, ਬਾਣੀ ਕਹਿ ਰਹੀ ਹੈ ਕਿ ਜੇ ਤੂੰ ਡੋਲਣਾ ਤੈਨੂੰ ਰੱਬ ਰੱਖੂਗਾ। ਪਰ ਇਹ ਸਿਰਫ ਆਪਣੇ ਆਪ ਨੂੰ ਝੂਠਾ ਹੀ ਹੌਂਸਲਾ ਜਾਂ ਦਿਲਾਸਾ ਦੇ ਕੇ ਕਿ ਸਾਨੂੰ ਸੱਚੇ ਪਾਤਸ਼ਾਹ ਨੇ ਰੱਖ ਲੈਣਾ, ਨਹੀਂ। ਦਰਗੇ ਸਾਡਾ ਕੀ ਦੇਖਿਆ ਜਾਣਾ? ਕਰਨੀ ਕਰਨੀ ਸਤ ਕਰਨੀ। ਜੇ ਸਾਡੀ ਕਰਨੀ ਹੋਈ ਝੂਠ ਪਖੰਡ, ਦਰਗੇ ਵਿੱਚ ਕੋਈ ਜਗ੍ਹਾ ਨਹੀਂ, ਨਾ ਤੁਹਾਡੇ ਲਈ, ਨਾ ਮੇਰੇ ਲਈ, ਨਾ ਕਿਸੇ ਹੋਰ ਲਈ। ਇਹ ਸਤਿਗੁਰੂ ਬਾਣੀ ਦਾ ਫਰਮਾਨ ਹੈ, ਇਹ ਦਰਗੇ ਦਾ ਅਸੂਲ ਹੈ, ਇਹ ਉਹਦੇ ਸੱਚ ਦੀ ਤੱਕੜੀ ਹੈ। ਜੇ ਸਾਡਾ ਝੂਠ ਪਖੰਡ ਕਰਦਿਆਂ, ਅਸੀਂ ਦੂਸਰਿਆਂ ਦੀਆਂ ਚੁਗਲੀਆਂ ਨਿੰਦਿਆ ਕਰਦਿਆਂ ਸਾਡਾ ਜੇ ਜਨਮ ਗਿਆ ਬੀਤ, ਕਰਨੀ ਹੋਈ ਨਾ ਸੱਚ, ਅਤੇ ਫਿਰ ਦੋਸ਼ ਨਾ ਦੀਜੇ ਅਵਰ ਜਣਾ, ਜੋ ਮੈਂ ਕੀਆ ਸੋ ਮੈਂ ਪਾਇਆ। ਸਤਿ ਗੁਰਬਾਣੀ ਫਿਰ ਸਾਨੂੰ ਸਮਝਾ ਰਹੀ ਆ ਕਿ ਆਪਣਾ ਬੀਜਣਾ ਆਪਣਾ ਹੀ ਖਾਣਾ, ਜੋ ਬੀਜੇ ਸੋ ਖਾਏ, ਨਾਨਕ ਹੁਕਮੀ ਆਏ ਜਾਏ। ਆਉਣਾ ਜਾਣਾ ਉਹਦੇ ਹੁਕਮ 'ਚ ਹੈ, ਬਟ ਅਸੀਂ ਜਿਹੜੀ ਹੈ ਕਰਨੀ ਜਿਹੜੀ ਕਰਦੇ ਹਾਂ, ਹਾਂ ਪਿਛਲੇ ਕਰਮਾਂ ਨੂੰ ਜੋ ਵੀ ਆ ਰਹੀਆਂ ਸਾਨੂੰ ਤੰਗੀਆਂ ਉਹਨੂੰ ਕਬੂਲ ਕਰੀਏ ਅਤੇ ਅੱਗੇ ਅਸੀਂ ਕਰਮ ਸੱਚ ਕਰੀਏ। ਸਤਿਗੁਰੂ ਬਾਣੀ ਫਿਰ ਕਹਿੰਦੀ ਹੈ, ਪਿਛਲੇ ਔਗਣ ਕਬੂਲ ਕਰ, ਅੱਗੇ ਔਗਣ ਨਾ ਕਰੇ। ਪਰ ਅਸੀਂ ਇੰਨੇ ਹਰਾਮ ਖੋਰ ਹਾਂ ਕਿ ਸਾਨੂੰ ਸਿਰਫ ਸਮਝ ਨਹੀਂ ਆਉਂਦੀ। ਅਸੀਂ ਸਤਿਗੁਰੂ ਬਾਣੀ ਨੂੰ ਸੁਣ ਲੈਂਦੇ ਹਾਂ, ਗਾ ਲੈਂਦੇ ਹਾਂ, ਪੜ੍ਹ ਲੈਂਦੇ ਹਾਂ, ਪਰ ਉਹਨੂੰ ਕਰਨੀ ਦੇ ਵਿੱਚ ਕਿੱਦਾਂ ਢਾਲਣਾ ਹੈਗਾ, ਇਹ ਤਾਂ ਸਾਨੂੰ ਹੀ ਕਰਨਾ ਪੈਣਾ, ਹਰ ਇੱਕ ਨੂੰ, ਮੈਨੂੰ ਵੀ ਤੁਹਾਨੂੰ ਵੀ, ਕੋਈ ਵੀ। ਇਹਦੇ 'ਚ ਉੱਥੇ ਕੋਈ ਉਹ ਨਹੀਂ ਹੈਗਾ ਕਿ ਸੱਚੇ ਪਾਤਸ਼ਾਹ ਨੇ ਇੱਕ ਨੂੰ ਫੇਵਰੇਟਿਜ਼ਮ ਕਰ ਦੇਣਾ, ਦੂਸਰੇ ਨੂੰ ਛੱਡ ਦੇਣਾ ਹੈਗਾ, ਨਹੀਂ, ਹੋ ਹੀ ਨਹੀਂ ਸਕਦਾ। ਭਗਤ ਜਿੰਨੇ ਵੀ ਗੁਰੂ, ਦੇਖੋ ਉਹਨਾਂ ਦੀਆਂ ਪੰਜਵੀਂ ਪਾਤਸ਼ਾਹੀ, ਨੌਵੀਂ ਪਾਤਸ਼ਾਹੀ, ਦਸਵੀਂ ਪਾਤਸ਼ਾਹੀ ਦੇ ਚਾਰ ਸਾਹਿਬਜ਼ਾਦੇ, ਉਹਨਾਂ ਨੂੰ ਸਾਰਿਆਂ ਨੂੰ ਇਸ ਦੇ ਵਿੱਚੋਂ ਜਾਣਾ ਪਿਆ। ਜੀਸਸ ਕ੍ਰਾਈਸਟ, ਉਹਨੂੰ ਕ੍ਰਾਸ 'ਤੇ ਚੜ੍ਹਨਾ ਪਿਆ। ਅਤੇ ਕੀ ਸਾਡੇ ਵਾਸਤੇ ਵੱਖਰਾ ਅਸੂਲ ਹੋ ਜਾਣਾ ਉੱਥੇ? ਨਹੀਂ, ਉੱਥੇ ਤਾਂ ਸੱਚ ਦਾ ਹੀ ਨਿਬੇੜਾ ਹੋਣਾ, ਚਾਹੇ ਅੱਜ ਕਰ ਲਈਏ ਚਾਹੇ ਕੱਲ੍ਹ ਕਰ ਲਈਏ। ਹਾਂ, ਦੂਸਰਿਆਂ ਦੀਆਂ ਕਰਕੇ ਅਸੀਂ ਅਜ਼ਿਊਮ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਕਹਿੰਦੇ ਹਾਂ ਇਹ ਕੀ ਕਹੀ ਜਾਂਦਾ, ਉਹ ਕੀ ਕਹੀ ਜਾਂਦਾ। ਅਤੇ ਭੈਣੋ ਵੀਰੋ ਮਾਂ ਪਿਓ, ਇਹ ਸਾਡੇ ਹੱਥ 'ਚ ਹੈ ਕਿ ਅਸੀਂ ਹੁਣ ਤੋਂ ਹੀ ਜਿਹੜਾ ਸਮਾਂ ਸੱਚ ਕਰਨਾ ਸ਼ੁਰੂ ਕਰ ਦਈਏ, ਤਾਂ ਕਿ ਅਗਲੇ ਸਵਾਸ ਦਾ ਕੋਈ ਪਤਾ ਨਹੀਂ ਹੈਗਾ। ਅਤੇ ਮੇਰੀ ਤਾਂ ਸਾਰਿਆਂ ਦੇ ਸੱਚ ਚਰਨਾਂ 'ਚ ਇਹੋ ਹੀ ਹੈਗੀ ਆ, ਕਿਤੇ ਐਵੇਂ ਝੂਠੇ ਦਿਲਾਸਿਆਂ 'ਚ ਨਾ ਰੱਖ ਲਿਓ ਕਿ ਕਿਸੇ ਨੇ ਸਾਨੂੰ ਰੱਖ ਲੈਣਾ, ਅਸੀਂ ਉਹ ਸੰਗਤ ਕਰਦੇ ਹਾਂ ਅਤੇ ਸਾਨੂੰ ਰੱਖ ਲੈਣਾ, ਨਾ, ਹੋ ਹੀ ਨਹੀਂ ਸਕਦਾ। ਫਿਰ ਸੱਚੇ ਪਾਤਸ਼ਾਹ ਦਾ ਅਸੂਲ, ਜਿਹੜਾ ਗਲਤ ਬੰਦਾ, ਝੂਠਾ ਬੰਦਾ, ਪਖੰਡੀ ਬੰਦਾ ਕਿਸ ਤਰ੍ਹਾਂ ਦਰਗੇ ਦੇ ਵਿੱਚ ਜਾ ਸਕਦਾ? ਮੈਨੂੰ ਕੋਈ ਵੀ ਭੈਣ ਵੀਰ, ਕੋਈ ਵੀ ਮੈਨੂੰ ਦੱਸ ਦੇਵੋ ਕਿ ਜਾ ਸਕਦਾ? ਨਾ, ਉੱਥੇ ਤਾਂ ਸੱਚ ਦਾ ਨਿਬੇੜਾ ਹੋਣਾ, ਸੱਚੀ ਕਰਨੀ ਦੇਖੀ ਜਾਣੀ ਦਰਗੇ। ਧਰਮਰਾਜ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾਏਗਾ? ਜੇ ਸੱਚ ਹੋਊਗਾ ਤਾਂ ਹੀ ਦਰਗੇ ਦਾ ਡੋਰ ਖੁੱਲੂਗਾ, ਨਹੀਂ ਤਾਂ ਮੁੜ ਮਰਨ ਜਨਮ 'ਚ, ਜਨਮ ਮਰਨ 'ਚ। ਸੋ ਮੇਰਾ ਤਾਂ ਇੱਕੋ ਹੀ ਹੈਗੀ ਦਰਖਾਸਤ ਸਾਰਿਆਂ ਨੂੰ ਕਿ ਕਹਿੰਦੇ ਝੂਠੇ ਪਖੰਡ ਛੱਡੀਏ, ਕਿਸੇ ਦੀ ਚੁਗਲੀ ਨਿੰਦਿਆ ਛੱਡੀਏ। ਹਾਂ, ਬੰਦਗੀ ਇਕੱਲੇ ਇਕੱਲੇ ਦਾ ਸੌਦਾ ਹੈਗਾ, ਇਹ ਕੋਈ ਮੈਂ ਤੁਹਾਨੂੰ ਲੈਕਚਰ ਨਹੀਂ ਦੇ ਰਿਹਾ, ਇਹ ਮੈਂ ਤੁਹਾਨੂੰ ਕੋਈ ਕੀ ਕਹਿੰਦੇ, ਮੈਂ ਇੱਕ ਸਿਰਫ ਆਪਣੇ ਦਿਲ ਦਾ ਜਿਹੜਾ ਹੈਗਾ ਉਹ ਤੁਹਾਨੂੰ ਦੱਸ ਰਿਹਾ ਕਿ ਭੈਣੋ ਵੀਰੋ ਸਤਿਗੁਰੂ ਬਾਣੀ ਨੂੰ ਸਮਝੀਏ ਅਤੇ ਉਹਦਾ ਓਟ ਆਸਰਾ ਲੈ ਕੇ ਉਹਨੂੰ ਅਪਣਾਈਏ। ਇਹ ਮੋਤੀ ਜਿਹੜੇ ਹੀਰੇ ਮੋਤੀ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂਆਂ ਭਗਤਾਂ ਦੇ ਥਰੂ ਸਾਨੂੰ ਭੇਜੇ ਆ ਅਤੇ ਉਹ ਬਾਣੀ ਦੇ ਵਿੱਚ ਰੱਖੇ ਆ, ਉਸ ਨੂੰ ਅਪਣਾ ਕੇ ਆਪਣਾ ਜੀਵਨ ਜਿਹੜਾ ਹੈ ਸਫਲ ਬਣਾਈਏ। ਇਹ ਜਨਮ ਤੁਹਾਰੇ ਲੇਖੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਅਸੀਂ ਸਤਿਗੁਰੂ ਬਾਣੀ ਸਾਨੂੰ
ਛਣ ਛਣ ਸਮਝਾ ਰਹੀ ਆ। ਹਾਂ ਜੇ ਅਸੀਂ